ਸਤਿ ਸ਼੍ਰੀ ਅਕਾਲ ਦੋਸਤੋ ਅਗਲਾ ਚੈਪਟਰ ਸ਼ੁਰੂ ਕਰਦੇ ਹਾਂ ਜੀ ਅਧਿਆਇ 14 ਦੂਜੇ ਏਸ਼ੀਆਈ ਦੇਸ਼ਾਂ ਵਿੱਚ ਭਾਰਤੀ ਸੱਭਿਆਚਾਰ ਦਾ ਪ੍ਰਸਾਰ ਦੂਸਰੇ ਏਸ਼ੀਆਈ ਦੇਸ਼ਾਂ ਵਿੱਚ ਇੰਡੀਅਨ ਕਲਚਰ ਕਿਸ ਤਰ੍ਹਾਂ ਫੈਲਿਆ ਥੋੜਾ ਥੋੜਾ ਪੜ੍ਹਾਂਗੇ ਭਾਰਤੀ ਸੰਸਕ੍ਰਿਤੀ ਅਤੇ ਸਭਿਅਤਾ ਇਹਨਾਂ ਦਾ ਏਸ਼ੀਆ ਤੇ ਦੂਜੇ ਹਿੱਸਿਆਂ ਵਿੱਚ ਫੈਲਣਾ ਭਾਰਤ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਅਧਿਆਇ ਹੈ अभी उत्तों तो थो थोड़ा थो पढ़ ला ये इंट्रोडक्शन भारत ने मुझले समय तो ही दूजे देशों व्यापारक संपर्क स्थापित किया मुझले देश जरा सोच के देखो सिंधु घाटी की सभ्यता के टाइम तो ही सा ट्रेड चलता सी बाकी देशों तो पहला भी थोड़ा थोड़ा थो थो चलता सी पर सिंधु घाटी की आ ज्यादा वह ढंग चलना शुरू हो गया से मतलब साढ़े रोलेशन भी बन गए थे इस न ਭਾਰਤੀ ਭਾਸ਼ਾਵਾਂ ਧਰਮਾਂ ਕਲਾ ਅਤੇ ਆਰਕੀਟੈਕਚਰ ਫਿਲਾਸਫੀ ਮਤਲਬ ਦਰਸ਼ਨ માનਤਾਵਾਂ ਅਤੇ ਰੀਤੀ ਰਿਵਾਜਾਂ ਵੀ ਇਹਨਾਂ ਦੇਸ਼ਾਂ ਵਿੱਚ ਫੈਲ ਗਏ ਇਹ ਟੂ-ਵੇ ਪ੍ਰੋਸੈਸ ਹੁੰਦਾ ਆ ਉਹਨਾਂ ਦਾ ਕਲਚਰ ਸਾਨੂੰ ਇਫੈਕਟ ਕਰਦਾ ਸਾਡਾ ਕਲਚਰ ਉਹਨਾਂ ਨੂੰ ਇਫੈਕਟ ਕਰਦਾ ਠੀਕ ਹੈ ਜੀ ਫੈਲ ਗਏ ਭਾਰਤੀਆਂ ਨੇ ਦੱਖਣ ਪੂਰਬੀ ਏਸ਼ੀਆ ਦੇ ਦੱਖਣ ਪੂਰਬ ਕਿਹੜਾ ਸਾਊਥ-ਈਸਟ ਇਸ ਏਰੀਏ ਦੇ ਕੁਝ ਹਿੱਸਿਆਂ ਵਿੱਚ ਹਿੰਦੂ ਰਾਜ ਵੀ ਸਥਾਪਿਤ ਕੀਤੇ ਆ ਆ ਤੁਸੀਂ ਦੇਖਿਓ ਆ ਜਿਹੜਾ ਏਰੀਆ ਆ ਦੱਖਣ ਪੂਰਬੀ ਏਸ਼ੀਆ ਜਿਹਦੇ ਵਿੱਚ ਥਾਈਲੈਂਡ ਮਿਆਂਮਾਰ ਹੰਗੇ ਮਲੇਸ਼ੀਆ ਫਿਲੀਪਾਈਨਸ ਤੇ ਤੁਹਾਡਾ ਆ ਇੰਡੋਨੇਸ਼ੀਆ ਬਾਲੀ ਸਮਾਤਰਾ ਇਹ ਸਾਰੇ ਕੀ ਆ ਦੱਖਣ ਪੂਰਬ ਏਸ਼ੀਆ ਦੇ ਹਿੱਸੇ ਆ ਉੱਥੇ ਹਿੰਦੂ ਰਾਜ ਵੀ ਸਥਾਪਿਤ ਹੋਇਆ ਤੁਸੀਂ ਦੇਖੋ ਥਾਈਲੈਂਡ ਵਿੱਚ ਵੀ ਨਮਸਕਾਰ ਕਰਦੇ ਆ ਜਿਸ ਤਰ੍ਹਾਂ ਅਸੀਂ ਇੱਧਰ ਭਾਰਤ ਵਿੱਚ ਕਰਦੇ ਆ ਸਾਡੇ ਕਈ ਮੰਦਰ ਉੱਤੇ ਪਾਏ ਗਏ ਆ ਤੇ ਬੋਧੀ ਮੱਠ ਵੀ ਆ ਤੇ ਇਸ ਤਰ੍ਹਾਂ ਸਾਡਾ ਆਪਸ ਕੀ ਆ ਕਾਫੀ ਕਲਚਰ ਮਿਲਦਾ ਆ ਆਪਾਂ ਪੜਿਆ ਵੀ ਕਿਸ ਤਰ੍ਹਾਂ ਚੋਲ ਰਾਜੇ ਰਜਿੰਦਰ ਪਹਿਲੇ ਨੇ ਇੰਡੋਨੇਸ਼ੀਆ ਇਹ ਸਾਰੇ ਦੇਸ਼ਾਂ ਤੇ ਜਿੱਤ ਪ੍ਰਾਪਤ ਕੀਤੀ ਇਸ ਤੋਂ ਇਲਾਵਾ ਹਾਲਾਂਕਿ ਇਸ ਨਾਲ ਆਧੁਨਿਕ ਅਰਥਾਂ ਵਿੱਚ ਕਿਸੇ ਕਿਸਮ ਦੀ ਵਸਤੀਵਾਦ ਜਾਂ ਸਾਮਰਾਜਵਾਦ ਦੀ ਅਗਵਾਈ ਨਹੀਂ ਹੋਈ ਇਹ ਵੀ ਗੱਲ ਯਾਦ ਵਿੱਚ ਰੱਖਣੀ ਆ ਕਿ ਜਿਸ ਤਰ੍ਹਾਂ ਅੰਗਰੇਜ਼ਾਂ ਨੇ ਜਾਂ ਆਪਾਂ ਕਹ ਲਈਏ ਕਿ ਹੋਰ ਯੂਰੋਪੀਅਨ ਕੰਟਰੀਜ਼ ਨੇ ਮਾਡਰਨ ਟਾਈਮ ਵਿੱਚ ਆਧੁਨਿਕ ਕਾਲ ਵਿੱਚ ਦੂਸਰੇ ਦੇਸ਼ਾਂ ਨੂੰ ਗੁਲਾਮ ਬਣਾਇਆ ਸੀ ਕਲੋਨੀ ਬਣਾਈ ਸੀ ਕਲੋਨੀ ਹੁੰਦੀ ਜੀ ਬਸਤੀ ਕਲੋਨੀਅਲਿਜ਼ਮ ਬਸਤੀਵਾਦ ਵੀ ਤੁਸੀਂ ਕਿਸੇ ਦੇਸ਼ ਨੂੰ ਗੁਲਾਮ ਬਣਾ ਲਿਆ ਆਪਣੀ ਕਲੋਨੀ ਬਣਾ ਲਈ ਤੇ ਆਪਣੇ ਇੰਪੀਰੀਅਲਿਜ਼ਮ ਇੰਪੀਰੀਅਲਿਜ਼ਮ ਆਪਣੇ ਸਾਮਰਾਜ ਦਾ ਵਿਸਤਾਰ ਕੀਤਾ ਸਮਰਾਜਵਾਦ ਵੀ ਦੂਸਰੇ ਨੂੰ ਗੁਲਾਮ ਬਣਾਉਣਾ ਇਸ ਤਰ੍ਹਾਂ ਦੀ ਗੱਲ ਨਹੀਂ ਸੀਗੀ ਅਸੀਂ ਜੇ ਦੂਸਰੇ ਮੁਲਕਾਂ ਨੂੰ ਜਿੱਤਿਆ ਵੀ ਜਾਂ ਤਾਂ ਉਹਨੂੰ ਆਪਣਾ ਮੰਨਿਆ ਉਹਨੂੰ ਗੁਲਾਮ ਨਹੀਂ ਸੀ ਬਣਾਇਆ ਠੀਕ ਦੂਜੇ ਪਾਸੇ ਨਵੀਆਂ ਧਰਤੀਆਂ ਵਿੱਚ ਇਹ ਖੇਤਰ ਮਾਤ ਦੇਸ਼ ਦੇ ਕਬਜ਼ੇ ਤੋਂ ਮੁਕਤ ਸਨ ਅਸੀਂ ਉੱਥੇ ਕੀ ਕੀਤਾ ਨਵੀਂ ਧਰਤੀ ਉੱਤੇ ਆਪਣਾ ਅਧਿਕਾਰਤਾ ਜਮਾਇਆ ਪਰ ਅਸੀਂ ਇਹ ਨਹੀਂ ਕਿ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਿਆ ਸੀ ਮਾਤ ਦੇਸ਼ ਦੇ ਕਬਜ਼ੇ ਤੋਂ ਮੁਕਤ ਸਨ ਪਰ ਇਹਨਾਂ ਉੱਤੇ ਸੱਭਿਆਚਾਰਕ ਪ੍ਰਭਾਵ ਜ਼ਰੂਰ ਪਿਆ ਜੀ ਨੂੰ ਇੰਟਰਮਿਕਸਿੰਗ ਹੋਈ ਇਹਨਾਂ ਦੇ ਸੰਪਰਕ ਸਥਾਪਿਤ ਹੋਏ ਅਸੀਂ ਦੂਸਰੇ ਮੁਲਕਾਂ ਨੂੰ ਜਿੱਤੇ ਆ ਤਾਂ ਕਲਚਰਲ ਇਨਫਲੂਐਂਸ ਜ਼ਰੂਰ ਹੋਇਆ ਸੀ ਸੱਭਿਆਚਾਰਕ ਪ੍ਰਭਾਵ ਜ਼ਰੂਰ ਪਿਆ ਠੀਕ ਹੈ ਜੀ ਆਹ ਥੋੜਾ ਏਰੀਆ ਦੇਖ ਲਓ ਜੀ ਇਹਨੂੰ ਕਹਿੰਦੇ ਜੀ ਸੈਂਟਰਲ ਏਸ਼ੀਆ ਆਹ ਭਾਰਤ ਆਹ ਭਾਰਤ ਆ ਉਸ ਸਮੇਂ ਪਾਕਿਸਤਾਨ ਵੀ ਭਾਰਤ ਵਿੱਚ ਸੀ ਅਫਗਾਨਿਸਤਾਨ ਦਾ ਹਿੱਸਾ ਵੀ ਕਾਫੀ ਭਾਰਤ ਵਿੱਚ ਹੀ ਹੁੰਦਾ ਸੀ ਤੇ ਫਿਰ ਇਸ ਤੋਂ ਉੱਤੇ तजिकिस्तान किर्गिस्तान तरकमेनिस्तान उजबेकस्तान कजाकस्तान है ना ये सारे सेंट्रल एशिया के दे एरिए देश है ठीक ईसाई युग दुरुआती सदिया जो तो क्रिश्चन एरा शुरू होंगे आ उस विच मध एशिया भारतीय संस्कृति का एक महान केंद्र से मध्य एशिया सेंट्रल एशिया आ जेडे आपे हा वाले ये सेंट्रल एशिया के देश है यह भी की है ਭਾਰਤੀ ਸੰਸਕ੍ਰਿਤੀ ਦਾਇਕ ਮਹਾਨ ਕੇਂਦਰ ਸੀ ਅਫਗਾਨਿਸਤਾਨ ਦੇ ਪੂਰਬੀ ਹਿੱਸੇ ਵਿੱਚ ਕਈ ਸਮਾਰਕ ਪਾਏ ਗਏ ਹਨ ਅਫਗਾਨਿਸਤਾਨ ਦੇ ਈਸਟਰਨ ਏਰੀਆ ਵਿੱਚ ਕਈ ਇਸ ਤਰ੍ਹਾਂ ਦੇ ਸਮਾਰਕ ਪਾਏ ਗਏ ਹਨ ਜੋ ਸਿੱਧ ਕਰਦੇ ਹਨ ਕਿ ਇੱਥੇ ਕੀ ਆ ਭਾਰਤੀ ਕਲਚਰ ਦਾ ਪ੍ਰਭਾਵ ਸੀ ਭਾਰਤੀ ਸੱਭਿਆਚਾਰ ਨਾਲ ਸੰਬੰਧਿਤ ਕਈ ਸਮਾਰਕ ਪਾਏ ਗਏ ਠੀਕ ਇਨ੍ਹਾਂ ਥਾਵਾਂ ਤੋਂ ਕਈ ਸੰਸਕ੍ਰਿਤ ਲਿਖਤਾਂ ਅਤੇ ਬੋਧੀ ਮੱਠ ਵੀ ਮਿਲੇ ਹਨ ਸੰਸਕ੍ਰਿਤ ਭਾਸ਼ਾ ਵਿੱਚ ਲਿਖੀਆਂ ਗਈਆਂ ਕਈ ਲਿਖਤਾਂ ਤੇ ਬੁੱਧਿਸਟ ਮੋਨੇਸਟਰੀ ਬੋਧੀ ਮੱਠ ਬੋਧੀ ਮੱਠ ਮਿਲੇ ਹਨ ਭਾਰਤੀ ਸੰਸਕ੍ਰਿਤੀ ਦਾ ਪ੍ਰਭਾਵ 8ਵੀਂ ਸਦੀ ਤੱਕ ਇਸ ਖੇਤਰ ਵਿੱਚ ਭਾਰਤੀ ਸੱਭਿਆਚਾਰਕ ਪ੍ਰਭਾਵ ਜਾਰੀ ਰਿਹਾ ਭਾਰਤੀ ਸੰਸਕ੍ਰਿਤੀ ਮੱਧ ਏਸ਼ੀਆ ਰਾਹੀਂ ਤਿੱਬਤ ਅਤੇ ਚੀਨ ਤੱਕ ਵੀ ਫੈਲ ਗਈ ਸੀ ਤਾਂ ਦੇਖੋ ਧਿਆਨ ਨਾਲ ਇਹ ਨਕਸ਼ੇ ਨੂੰ ਦੇਖੋ ਆ ਭਾਰਤ ਪਾਰ ਦੇ ਇੱਥੇ ਕੀ ਸੀਗਾ ਹਿਮਾਲਿਆ ਠੀਕ ਤੇ ਹਿਮਾਲਿਆ ਨੂੰ ਕ੍ਰੋਸ ਕਰਕੇ ਜਾਣਾ ਇੱਧਰ ਔਖਾ ਸੀ ਇਸ ਕਰਕੇ ਸਾਡੇ ਯਾਤਰੀ ਵਗੈਰਾ ਸੀ ਜੇ ਇੱਧਰੋਂ ਦੀ ਘੇ ਇੱਥੋਂ ਸਾਡੀ ਸੱਭਿਆਚਾਰ ਸਾਡੀ ਸੰਸਕ੍ਰਿਤੀ ਇੰਨਾ ਮਲਕਾਂ ਤੱਕ ਪਹੁੰਚੀ ਫਿਰ ਇਹਨਾਂ ਦੇ ਪ੍ਰਭਾਵ ਕਰਕੇ ਚਾਈਨਾ ਤੇ ਇੱਥੇ ਤਿੱਬਤ ਤੱਕ ਵੀ ਪਹੁੰਚੀ ਸੰਸਕ੍ਰਿਤੀ ਠੀਕ ਹੁਣ ਗੱਲ ਕਰਦੇ ਆ ਜੀ ਭਾਰਤ ਅਤੇ ਚੀਨ ਦੀ ਸਪੈਸੀਫਿਕਲੀ ਗੱਲ ਕਰਾਂਗੇ ਭਾਰਤ ਤੇ ਚੀਨ ਦੀ ਚੀਨ ਉੱਤੇ भारती प्रभाव मध्य एशिया लंघ वाले जमीनी मार्ग और बर्मा राही समुद्री मार्ग दोवों द्वारा प्यासी। देखो पिछो देखो फिर उ नक्शे लिया आप थले नक्शे आ देखो आखो हाँ आगा चीन ठीक आगा भारत हूँ भारत तो इधर गए यह है जी जमीनी रस्ता जो थले समुंदर राही गए इधर दी है जी ਸਮੁੰਦਰੀ ਰਸਤਾ ਇਧਰੋਂ ਵੀ ਯਾਤਰੀ ਆਉਂਦੇ ਜਾਂਦੇ ਸੀ ਵਪਾਰੀ ਆਉਂਦੇ ਜਾਂਦੇ ਸੀ ਤੇ ਇਧਰੋਂ ਵੀ ਸਾਡਾ ਪ੍ਰਭਾਵ ਇੱਥੇ ਪਿਆ ਸੱਭਿਆਚਾਰਕ ਪ੍ਰਭਾਵ ਫਿਰ ਇੱਥੋਂ ਇੱਥੇ ਪਿਆ ਇਸ ਤਰ੍ਹਾਂ ਮਤਲਬ ਕੀ ਹੈ ਇੰਟਰਮਿਕਸਿੰਗ ਹੋਈ ਜ਼ਮੀਨੀ ਰਸਤੇ ਰਾਹੀਂ ਵੀ ਤੇ ਸਮੁੰਦਰੀ ਰਸਤੇ ਰਾਹੀਂ ਵੀ ਠੀਕ ਪਹਿਲੀ ਸਦੀ ਈਸਵੀ ਦੇ ਸ਼ੁਰੂ ਵਿੱਚ ਬੁੱਧ ਧਰਮ ਚੀਨ ਵਿੱਚ ਪਹੁੰਚਿਆ ਅਤੇ ਫਾਹੀਨ ਅਤੇ ਹਿਉਨ ਸੰਗ ਅਸੀਂ ਇਹ ਦੋ بڑے ਯਾਤਰੀ ਜੀ ਚੀਨੀ ਯਾਤਰੀ ਭਾਰਤ ਆਏ ਸੀ ਫਾਹਿੰਨ ਅਤੇ ਹਿਉ ਸੰਗ ਵਰਗੇ ਚੀਨੀ ਸ਼ਾਦਾਲੂਆਂ ਨੇ ਭਾਰਤ ਦਾ ਦੌਰਾ ਕੀਤਾ ਠੀਕ ਹੈ ਜੀ ਹੁਣ ਇਹ ਨਹੀਂ ਕਿ ਚੀਨੀ ਯਾਤਰੀ ਹੀ ਇੱਧਰ ਆਏ ਸਾਡੇ ਵੀ ਕਈ ਵਿਦਵਾਨ ਉਧਰ ਗਏ ਸੀ ਦੂਜੇ ਪਾਸੇ ਗੁਣਪੱਧਰ ਬਜਰ ਬੋਧੀ ਧਰਮਦੇਵ ਅਤੇ ਤਰੰਗੁਪਤ ਵਰਗੇ ਸੈਂਕੜੇ ਬੋਧੀ ਭਿਕਸ਼ੂ ਚीन ਗਏ ਠੀਕ ਚੀਨੀ ਸਮਰਾਟਾਂ ਦੀ ਬੇਨਤੀ ਤੇ ਭਾਰਤੀ ਵਿਦਵਾਨਾਂ ਨੇ ਕਈ ਸੰਸਕ੍ਰਿਤ ਰਚਨਾਵਾਂ ਦਾ अनुवाद ਵੀ ਕੀਤਾ ਕਿਹੜੀ ਭਾਸ਼ਾ ਵਿੱਚ ਚੀਨੀ ਭਾਸ਼ਾ ਵਿੱਚ ਠੀਕ ਚੀਨ ਨਾਲ ਇਹ ਸੰਪਰਕ 13ਵੀਂ ਸਦੀ ਵਿੱਚ ਵੀ ਜਾਰੀ ਰਿਹਾ ਜਦੋਂ ਮੰਗੋਲਾਂ ਨੇ ਚੀਨ ਵਿੱਚ ਆਪਣਾ ਸਾਮਰਾਜ ਸਥਾਪਿਤ ਕੀਤਾ ਠੀਕ ਚੀਨ ਤੇ ਮੰਗੋਲਾਂ ਦਾ ਰਾਜ ਹੋ ਗਿਆ ਪਰ ਫਿਰ ਵੀ ਮੰਗੋਲਾਂ ਦਾ ਭਾਰਤ ਨਾਲ ਸੰਬੰਧ ਵਧਿਆ ਰਿਹਾ ਤੇ ਇਹ ਸੰਪਰਕ ਜਾਰੀ ਰਿਹਾ ਭਾਰਤ ਚੀਨ ਦਾ ਚੀਨੀ ਕਲਾ ਵੀ ਭਾਰਤੀ ਕਲਾ ਤੋਂ ਪ੍ਰਭਾਵਿਤ ਸੀ 8 इंफलुए जी भारत अच्छा। तिब्बत, तिब्बत तिब्बत ना? आ देखो, आ आप उत्ते तिब्बत जी। तिब्बत तिब्बत के भारती प्रभाव सत्तवी सदी तो शुरू होया मशहूर बोधी राजा गोंपे ने लहासा शहर की स्थापना की ਇਹ ਕਜੀ ਲਹਾਸਾ ਇਹ ਤਿੱਬਤ ਦਾ ਤਿੱਬਤ ਦੀ ਰਾਜਧਾਨੀ ਸੀ ਲਹਾਸਾ ਵੱਡਾ ਸ਼ਹਿਰ ਕਹਿ ਲੋ ਤਿੱਬਤ ਵਿੱਚ ਅਤੇ ਉੱਥੇ ਬੁੱਧ ਧਰਮ ਦੀ ਸ਼ੁਰੂਆਤ ਕੀਤੀ ਠੀਕ ਤਿੱਬਤੀ ਵਰਣਮਾਲਾ ਭਾਰਤੀ ਵਿਦਵਾਨਾਂ ਦੀ ਮਦਦ ਨਾਲ ਤਿਆਰ ਕੀਤੀ ਗਈ ਸੀ ਉਹਨਾਂ ਦੇ ਅਲਫਾਬੈਟ ਵੀ ਸਾਡੇ ਤੋਂ ਇਨਫਲੂਐਂਸਰ ਸਾਡੇ ਪ੍ਰਭਾਵ ਦੇ ਸਦਕਾ ਹੀ ਉਹਨਾਂ ਦੀ ਵਰਣਮਾਲਾ ਲਿਖੀ ਗਈ ਬਾਅਦ ਵਿੱਚ ਭਾਰਤੀ ਵਿਦਵਾਨਾਂ ਨੇ ਤੀਬਤ ਵਿੱਚ ਲਾਮਾਵਾਦ ਦੀ ਸਥਾਪਨਾ ਵਿੱਚ ਮਦਦ ਕੀਤੀ ਲਾਮਾ ਉੱਥੋਂ ਦੇ ਨਾ ਇੱਕ ਸੰਸਥਾ ਸੰਪਲਕ ਹੋਈ ਸੀ ਜਿਹਦਾ ਧਾਰਮਿਕ ਹੈੱਡ ਆ ਉਹਨੂੰ ਕਹਿੰਦੇ ਲਾਮਾ ਤੇ ਇੱਕ ਲਾਮਾ ਤੋਂ ਬਾਅਦ ਦੂਸਰਾ ਹਨਾ ਦੂਸਰੇ ਤੋਂ ਬਾਅਦ ਤੀਸਰਾ ਇਸ ਤਰ੍ਹਾਂ ਲਾਮਾ ਹੁੰਦੇ ਆ ਜੀ ਤੇ ਲਾਮਾਵਾਦ ਲਾਮਾਈਜ਼ਮ ਇਹ ਵੀ ਕੀ ਆ ਭਾਰਤੀ ਵਿਦਵਾਨਾਂ ਦੀ ਹੈਲਪ ਨਾਲ ਹੋਈ ਸੀ ਠੀਕ 11ਵੀਂ ਸਦੀ ਵਿੱਚ ਮੰਗਲ ਦੇ ਪਾਲ ਰਾਜਵੰਸ਼ ਦਾ ਤੀਬਤ ਨਾਲ ਨਜ਼ਦੀਕੀ ਸੰਬੰਧ ਸੀ ਬੰਗਾਲ ਦੇ ਪਾਲ ਪਾਲਾਸ ਪਾਲਾਂ ਦਾ ਰੂਲ ਸੀ ਜੇ ਬੰਗਾਲ ਵਿੱਚ ਤਾਂ ਇਹਨਾਂ ਦਾ ਵੀ ਤਿੱਪਤੀਆਂ ਨਾਲ ਚੰਗਾ ਸੰਬੰਧ ਸੀ ਇਸ ਤਰ੍ਹਾਂ ਦੇ ਪ੍ਰਸ਼ਨ ਆਏ ਹੋਏ ਆ ਪਿਛਲੀ ਵਾਰ ਮੀਨਸ ਵਿੱਚ ਵੀ ਆਏ ਹੋਏ ਆ ਕਿ ਦੱਸੋ ਜੀ ਤਿੱਬਤ ਤੇ ਸਾਡਾ ਕੀ ਇੱਕ ਦੂਸਰੇ ਨਾਲ ਲੈਣ ਦੇਣ ਸੀ ਕੀ ਸੰਬੰਧ ਸੀ ਕੀ ਇਨਫਲੂਐਂਸ ਸੀਗਾ ਇਸ ਤਰ੍ਹਾਂ ਦੇ ਕੁਐਸਚਨ ਆਏ ਹੋਏ ਆ ਮੀਨਸ ਵਿੱਚ ਜਦੋਂ ਮੁਸਲਿਮ ਸ਼ਾਸਕਾਂ ਦੁਆਰਾ ਬੰਗਾਲ ਉੱਤੇ ਹਮਲਾ ਕੀਤਾ ਗਿਆ ਸੀ ਤਾਂ ਬਹੁਤ ਸਾਰੇ ਬੋਧੀ ਭਿਖਸ਼ੂਆਂ ਨੇ तिब्बत ਵਿੱਚ ਛੜਨ ਲਈ ਸੀ ਇਹ ਵੀ ਇੰਪੋਰਟੈਂਟ ਪੁਆਇੰਟ ਹੋ ਗਿਆ ਇਹ ਕੀ ਹੈ तिब्बत ਦਾ ਭਾਰਤ ਨਾਲ ਕੀ ਹੈ ਸਬੰਧ ਰਿਹਾ ਹਿਸਟੋਰਿਕਲੀ ਕਿਸ ਤਰ੍ਹਾਂ ਕੋਆਪਰੇਟਿਵ ਸੀ ਰਿਲੇਸ਼ਨਸ ਓਕੇ ਜੀ ਅੱਗੇ ਅਸੀਂ ਗੱਲ ਕਰਾਂਗੇ ਜੀ ਭਾਰਤ ਅਤੇ ਸ਼੍ਰੀਲੰਕਾ ਬਾਰੇ ਸ਼੍ਰੀਲੰਕਾ ਸੀਲਾਨ ਕਹਿੰਦੇ ਸੀ ਉਸ ਸਮੇਂ ਵੱਖ-ਵੱਖ ਰਾਜਨੀਤਿਕ ਇਤਿਹਾਸ ਹੋਣ ਦੇ ਬਾਵਜੂਦ ਉੱਥੇ ਪੱਖ ਰਾਜੇ ਹੋਏ ਸਾਡੇ ਪੱਖ ਰਾਜੇ ਹੋਏ ਆ ਸਾਡੀ ਪੋਲੀਟੀਕਲ ਹਿਸਟਰੀ ਦੋਵਾਂ ਦੀ ਅਲੱਗ-ਅਲੱਗ ਆ ਪਰ ਫਿਰ ਵੀ ਸ਼੍ਰੀਲੰਕਾ ਨੇ ਭਾਰਤ ਤੋਂ ਬਹੁਤ ਵੱਡਾ ਸੱਭਿਆਚਾਰਕ ਪ੍ਰਭਾਵ ਗ੍ਰਹਿਣ ਕੀਤਾ। ਬੋਧੀ ਮਿਸ਼ਨਰੀਆਂ ਨੇ ਸਿਰਫ ਧਾਰਮਿਕ ਵਿਸ਼ਵਾਸ ਹੀ ਨਹੀਂ ਸਗੋਂ ਸੱਭਿਆਚਾਰਕ ਪਰੰਪਰਾਵਾਂ ਦਾ ਵੀ ਪ੍ਰਚਾਰ ਕੀਤਾ ਸੀ। ਮੇਨੇ ਇਹੀ ਗੱਲ ਹੋਈ ਜੀ ਸਾਡੇ ਇੱਥੋਂ ਬੁੱਧ ਧਰਮ ਉੱਥੇ ਗਿਆ। ਸਾਡੇ ਬੋਧੀ ਮਿਸ਼ਨਰੀਆਂ ਨੇ ਜਦੋਂ ਬੁੱਧ ਧਰਮ ਦਾ ਉੱਥੇ ਪ੍ਰਚਾਰ ਕੀਤਾ ਤੇ ਧਰਮ ਦੇ ਨਾਲ-ਨਾਲ ਸੱਭਿਆਚਾਰਕ ਪਰੰਪਰਾਵਾਂ ਵੀ ਉੱਥੇ ਪਹੁੰਚ ਗਈਆਂ। ਇੱਕ ਕਲਚਰ ਇਨਫਲੂਐਂਸ ਵੀ ਨਾਲ ਹੀ ਨਾਲ ਹੋ ਜਾਂਦਾ। ਪੱਥਰ ਨਕਾਸ਼ੀ ਦੀ ਕਲਾ ਸ਼੍ਰੀਲੰਕਾ ਵਿੱਚ ਭਾਰਤ ਕੋਲੋਂ ਹੀ ਗਈ ਸੀ। ਪੱਥਰ ਨੂੰ ਤਰਾਸ਼ ਕੇ ਮੂਰਤੀਆਂ ਬਣਾਉਣਾ ਇਹ ਵੀ ਭਾਰਤ ਦੀ ਦੇਣ ਹੈ ਜੀ। ਭਾਰਤ ਤੋਂ ਸ਼੍ਰੀਲੰਕਾ ਗਈ। 5ਵੀਂ ਸਦੀ ਵਿੱਚ ਬੁੱਧਕੋਸ਼ ਨੇ, ਬੁੱਧਗੋਸ਼ ਇੱਕ ਬੁੱਧਗੋਸ਼ ਹੋਇਆ ਇਹਨਾਂ ਦੇ ਬੋਧੀ। ਉਹਨਾਂ ਨੇ ਸ਼੍ਰੀਲੰਕਾ ਦਾ ਦੌਰਾ ਕੀਤਾ, ਭਾਰਤੀ ਸੀ ਉਹ ਸ਼੍ਰੀਲੰਕਾ ਗਏ ਅਤੇ ਉੱਥੇ ਹੀ ਇਨੀਆਂ ਨੂੰ ਬੁੱਧ ਧਰਮ ਨੂੰ ਮਜ਼ਬੂਤ ਕੀਤਾ। ਇਹ ਪ੍ਰਸ਼ਨ ਆ ਸਕਦੇ ਆ। ਕੀ ਸ਼੍ਰੀਲੰਕਾ ਵਿੱਚ ਕਿੜਾ ਤੋਰ ਬੋਧੂ ਤਰਮਾ ਹੀ ਨਹੀਂ ਆਂ ਹੀ ਨਹੀਂ ਆਂ ਸ਼ਿਗਿਰਿਆ ਦੀਆਂ ਮਸ਼ਹੂਰ ਪੇਂਟਿੰਗਾਂ ਅਜੰਤਾ ਦੀਆਂ ਪੇਂਟਿੰਗਾਂ ਤੇ ਤਿਆਰ ਕੀਤੀਆਂ ਗਈਆਂ ਹਨ ਅਜੰਤਾ ਮਹਾਰਾਸ਼ਟਰ ਵਿੱਚ ਗੁਫਾਵਾਂ ਆ ਔਰੰਗਾਬਾਤੀਲੇ ਵਿੱਚ ਅਜੰਤਾ ਦੀਆਂ ਗੁਫਾਵਾਂ ਉੱਥੇ ਪੇਂਟਿੰਗਾਂ ਆ ਤਾਂ ਇਹਦੇ ਆਧਾਰ ਤੇ ਸ਼ਿਗਿਰ ਦੀਆਂ ਸ਼ਿਗਿਰਿਆ ਸ਼ਿਗਿਰਿਆ ਕਿੱਥੇ ਏਰੀਆ ਹੋਇਆ ਫਿਰ ਸ਼੍ਰੀਲੰਕਾ ਸ਼੍ਰੀਲੰਕਾ ਵਿੱਚ ਵੀ ਸ਼ਿਗਿਰਿਆ ਇੱਕ ਏਰੀਆ ਆ ਜਿੱਥੇ ਕਾਫੀ ਪੇਂਟਿੰਗ ਆਇਆ ਪੁਰਾਣੇ ਸਮੇਂ ਦੀਆਂ ਉਹ ਵੀ ਅਜੰਤਾ ਦੀਆਂ ਪੇਂਟਿੰਗਾਂ ਦੇ ਆਧਾਰ ਤੇ ਹੀ ਬਣਾਈਆਂ ਗਈਆਂ ਆ ਠੀਕ ਹੈ ਜੀ ਇਹ ਕੀ ਹੋ ਗਿਆ ਇਨਫਲੂਐਂਸ ਹੋ ਗਿਆ ਪੇਂਟਿੰਗ ਤੇ ਵੀ ਠੀਕ ਹੈ ਤੇ ਇਸ ਤੋਂ ਅੱਗੇ ਤੁਸੀਂ ਇਹਨਾਂ ਨੂੰ ਬਾਅਦ ਵਿੱਚ ਦੇਖ ਲੈਣਾ ਥੋੜਾ ਰਹਿ ਗਿਆ ਲੈਕਚਰ ਜੀ ਉਹ ਨੈਕਸਟ ਕਲਾਸ ਵਿੱਚ ਕਰਾਂਗੇ ਅੱਜ ਲਈ ਇਨਾ ਹੀ ਸ਼ੁਕਰੀਆ ਸਸਿਕਾ